ਅਮਰੀਕਾ ਦੇ ਜਾਰਜੀਆ ਵਿੱਚ ਇੱਕ ਭਾਰਤੀ ਅਮਰੀਕੀ ਨਾਗਰਿਕ ਦਾ ਤਿੰਨ ਨਕਾਬਪੋਸ਼ ਵਿਅਕਤੀਆਂ ਨੇ ਗੋਲੀ ਮਾਰ ਕੇ ਕਤਲ ਕਰ ਦਿੱਤਾ ਜਦੋਂ ਕਿ ਗੋਲੀਬਾਰੀ ਦੇ ਵਿੱਚ ਉਹਨਾਂ ਦੀ ਪਤਨੀ ਅਤੇ ਧੀ ਜ਼ਖਮੀ ਹੋ ਗਏ ਨੇ ਪੁਲਿਸ ਨੇ ਕਿਹਾ ਹੈ ਕਿ ਇੱਕ ਹਫਤੇ ਦੇ ਅੰਦਰ ਅਮਰੀਕਾ ਵਿੱਚ ਭਾਰਤੀਆਂ ਨਾਲ ਜੁੜੀ ਅਜਿਹੀ ਦੂਜੀ ਘਟਨਾ ਹੈ ਇਹ ਘਟਨਾ 20 ਜਨਵਰੀ ਨੂੰ ਜਾਰਜੀਆ ਦੇ ਹਾਟਲੇ ਬ੍ਰਿਜ ਰੋਡ ਨੇੜੇ ਥਰੋ ਬ੍ਰੇਡ ਲੇਨ ਤੇ ਵਾਪਰੀ ਸੀ ਵੈਬ ਕਾਉਂਟੀ ਸ਼ਰਫ ਦੇ ਦਫ਼ਤਰ ਨੇ ਸੋਮਵਾਰ ਨੂੰ ਇੱਕ ਬਿਆਨ ਚਕਿਆ ਕਿ ਪਨਾਲ ਪਟੇਲ ਅਤੇ ਉਹਨਾਂ ਦਾ ਪਰਿਵਾਰ ਜਦੋਂ ਕੰਮ ਤੋਂ ਘਰ ਪਹੁੰਚਦੇ ਤਾਂ ਇਸ ਦੌਰਾਨ ਉਹਨਾਂ ਦਾ ਸਾਹਮਣਾ ਤਿੰਨ ਹਥਿਆਰਬੰਦ ਨਕਾਬਪੋਸ਼ ਵਿਅਕਤੀਆਂ ਨਾਲ ਹੋਇਆ ਪਟੇਲ ਨੇ ਤਿੰਨਾਂ ਦਾ ਵਿਰੋਧ ਕੀਤਾ ਤਾਂ ਨਕਾਬਪੋਸ਼ ਨੇ ਪਰਿਵਾਰ ਤੇ ਗੋਲੀਆਂ ਚਲਾ ਦਿੱਤੀਆਂ ਬਿਆਨ ਚ ਕਿਹਾ ਗਿਆ ਹੈ ਕਿ ਘਟਨਾ ਚ ਪਨਾਲ ਉਹਨਾਂ ਦੀ ਪਤਨੀ ਰੂਪਲ ਬੇਨ ਪਟੇਲ ਅਤੇ ਧੀ ਭਗਤੀ ਪਟੇਲ ਜ਼ਖਮੀ ਹੋ ਗਏ ਤੇਨਾਂ ਨੂੰ ਹਸਪਤਾਲ ਲਜਾਇਆ ਗਿਆ ਜਿੱਥੇ ਪਨਾਲ ਨੂੰ ਮਰਤਕ ਅਲਾਨ ਦਿੱਤਾ ਗਿਆ ਰੂਪਲ ਬੇਨ ਅਤੇ ਉਹਨਾਂ ਦੀ ਧੀ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ ਬਿਆਨ ਦੇ ਵਿੱਚ ਕਿਹਾ ਗਿਆ ਹੈ ਕਿ ਹਮਲਾਵਾਰ ਬਾਅਦਦਾਰ ਤੋਂ ਬਾਅਦ ਮੌਕੇ ਤੋਂ ਫਰਾਰ ਹੋ ਗਏ ਦੱਸਦੀ ਹੈ ਕਿ ਅਮਰੀਕਾ 'ਚ ਭਾਰਤੀਆਂ ਤੇ ਹਮਲਿਆਂ 'ਚ ਵਾਤਾ ਹੋਇਆ ਸ਼ਿਕਾਗੋ ਵਿੱਚ ਐਤਵਾਰ ਨੂੰ ਇੱਕ ਹਥਿਆਰਬੰਦ ਡਕੈਤੀ ਦੇ ਦੌਰਾਨ ਗੋਲੀ ਲੱਗਣ ਕਾਰਨ ਇੱਕ 23 ਸਾਲਾ ਭਾਰਤੀ ਵਿਦਿਆਰਥੀ ਦੇਵ ਸ਼ੀਸ਼ ਨੰਦੇਪੂ ਦੀ ਮੌਤ ਹੋ ਗਈ ਸੀ ਜਦੋਂ ਕਿ ਉਸ ਦਾ ਦੋਸਤ ਕੇ ਸਾਈ ਚਰਨ ਜ਼ਖਮੀ ਹੋ ਗਿਆ ਸੀ ਅਤੇ ਉਹ ਹਸਪਤਾਲ 'ਚ ਅਜੇ ਵੀ ਇਲਾਜ ਅਧੀਨ ਹੈ